ਸਤਿ ਸ਼੍ਰੀ ਅਕਾਲ ਜੀ, ਹਰਵਿੰਦਰ ਸਿੰਘ ਨੇ ਜਗਰਾਉਂ ਤੋਂ, ਜਿਨ੍ਹਾਂ ਦਾ ਸਤੰਬਰ 2025 ਤੱਕ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ। ਓਪਨ ਵਰਕ ਪਰਮਿਟ ਦਾ ਵੀਜ਼ਾ ਜੀ, ਇਹਨਾਂ ਦਾ ਕੇਸ ਅਪਲਾਈ ਹੋਇਆ ਸੀਗਾ 17 ਅਕਤੂਬਰ 2023 ਨੂੰ, ਅਤੇ ਅੱਜ ਜਿਹੜਾ ਇਹਨਾਂ ਦਾ ਪਾਸਪੋਰਟ ਸਟੈਂਪ ਹੋ ਕੇ ਪਹੁੰਚਿਆ ਸਾਡੇ ਕੋਲ, 5 ਫਰਵਰੀ ਨੂੰ ਜਿਹੜਾ ਇਹਨਾਂ ਦਾ ਸਾਡੇ ਕੋਲ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਸੀਗਾ। ਸੋ ਅੱਜ ਓਪਨ ਵਰਕ ਪਰਮਿਟ ਦਾ ਪਾਸਪੋਰਟ ਵੀ ਜਿਹੜਾ ਇਹਨਾਂ ਦਾ ਹੈਗਾ ਸਾਨੂੰ ਰਿਸੀਵ ਹੋ ਚੁੱਕਿਆ। ਅਤੇ ਹਰਵਿੰਦਰ ਦੇ ਜੇ ਮੈਂ ਕੇਸ ਬਾਰੇ ਗੱਲ ਕਰਾਂ ਤਾਂ ਅਪਰੋਕਸੀਮੇਟਲੀ ਇਹਨਾਂ ਜਿਹੜੇ 7.5 ਲੱਖ ਰੁਪਈਏ ਦਾ ਫੰਡ ਸ਼ੋਅ ਕੀਤਾ ਗਿਆ ਸੀ ਇੰਡੀਆ ਦੇ ਵਿੱਚ, ਅਤੇ ਇਹਦੇ ਨਾਲ ਨਾਲ $9,100 ਦੇ ਨੀਅਰ ਅਬਾਊਟ ਇਹਨਾਂ ਦੇ ਸਪਾਊਸ ਕੋਲ ਫੰਡ ਅਵੇਲੇਬਲ ਪਿਆ ਸੀਗਾ, ਜਿਹਦੇ ਵਿੱਚ ਪੁਰਾਣੀ ਰੂਲਿੰਗ ਦੇ ਅਕੋਰਡਿੰਗ ਇਹਨਾਂ ਦਾ ਕੇਸ ਪਰਫੈਕਟ ਸੀਗਾ। ਸੋ 1 ਜਨਵਰੀ 2024 ਤੋਂ ਫਾਈਲ ਪਹਿਲਾਂ ਲੱਗਣ ਕਰਕੇ ਇਹਨਾਂ ਦਾ ਕੇਸ ਜਿਹੜਾ ਅਪਰੂਵ ਹੋ ਕੇ ਪਹੁੰਚਿਆ ਵਾ, ਕਿਉਂਕਿ ਹੁਣ ਤੋਂ ਜਿਹੜੀ ਫੰਡਿੰਗ ਦੀ ਰਿਕੁਆਇਰਮੈਂਟ ਆ ਚੇਂਜ ਹੋ ਚੁੱਕੀ ਆ, $27 ਦੀ ਜਿਹੜੀ ਐਮਬੈਸੀ ਦੀ ਮਿਨੀਮਮ ਡਿਮਾਂਡ ਹੋ ਚੁੱਕੀ ਆ ਅਪਰੋਕਸੀਮੇਟਲੀ। ਸੋ ਹਰਵਿੰਦਰ, ਤੁਹਾਡੇ ਵਾਈਫ ਵੀ ਮੈਕਰੋ ਗਲੋਬਲ ਥਰੂ ਹੀ ਗਏ ਸੀਗੇ, ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਦੋਨਾਂ ਕੇਸਾਂ 'ਚ? ਓਕੇ, ਥੈਂਕ ਯੂ। ਸੋ ਤੁਸੀਂ ਵੀ ਕੋਈ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਸਟੂਡੈਂਟ ਵੀਜ਼ਾ, ਓਪਨ ਵਰਕ ਪਰਮਿਟ ਜਾਂ ਸਟੂਡੈਂਟ ਪਲੱਸ ਓਪਨ ਇਕੱਠੇ ਜਾਣਾ ਚਾਹੁੰਦੇ ਹੋ, ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਆਪਣੀ ਅਪੁਆਇੰਟਮੈਂਟ ਲੈ ਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।